ਦੇਖੋ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਦਾ ਹਾਂ ਕਿ ਸਾਡੇ ਸਤਿਕਾਰਯੋਗ ਬਜ਼ੁਰਗ ਬਾਪੂ ਗਿਆਨ ਸਿੰਘ ਹੋਰਾਂ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਖਾਤਰ, ਦੇਸ਼ ਦੀ ਕਿਸਾਨੀ ਖਾਤਰ ਆਪਦੀ ਵੱਡੀ ਕੁਰਬਾਨੀ ਦਿੱਤੀ। ਦੇਖੋ ਇਹ ਗੱਲ ਸਰਕਾਰਾਂ ਨੂੰ ਵੀ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ। ਕਹਿ ਦਿੰਦੇ ਆ ਦੋ ਤਿੰਨ ਡੈਥਾਂ ਜਿਹੜੀਆਂ ਹੋਈਆਂ ਨੇ ਕਿ ਹਾਰਟ ਅਟੈਕ ਕਰਕੇ, ਮਗਰ ਇਹਦਾ ਕੋਈ ਪੋਸਟਮਾਰਟਮ ਜਾਂ ਕੋਈ ਉਹਦਾ ਮੈਡੀਕਲ ਉਹਦਾ ਉਹ ਨਹੀਂ ਕਰਾਇਆ ਕਿ ਵਾਕਈ ਡੈਥ ਦਾ ਕਾਰਨ ਕੀ ਹੈ। ਜਿਵੇਂ ਮੈਨੂੰ ਵੀ ਇਸ ਗੱਲ ਦਾ ਭੁਲੇਖਾ ਸੀਗਾ ਕਿ ਸ਼ਾਇਦ ਇਹ ਡੈਥ ਹਾਰਟ ਅਟੈਕ ਨਾਲ ਹੋਈ ਆ, ਮਗਰ ਜੋ ਉੱਥੇ ਸੱਜਣ ਜਿਵੇਂ ਆ ਪ੍ਰਧਾਨ ਸਾਹਿਬ ਜਗਤਾਰ ਸਿੰਘ ਜੀ ਉੱਥੇ ਰਹੇ ਆ ਜਾਂ ਕਸ਼ਮੀਰ ਸਿੰਘ ਜੀ ਉਹਨਾਂ ਦੇ ਭਤੀਜਾ ਸਾਹਿਬ, ਇਹ ਸਾਰੇ ਦੱਸਦੇ ਆ ਕਿ ਊਂ ਬਹੁਤ ਵਧੀਆ ਸਿਹਤ ਸੀ, ਤੰਦਰੁਸਤ ਸਨ। ਕਾਰਨ ਹੈ ਕਿ ਜਿੰਨਾ ਅਥਰੂ ਗੈਸ ਉੱਥੇ ਸਿੱਟਿਆ ਗਿਆ, ਹੁਣ ਹਰੇਕ ਦੇ ਫੇਫੜੇ ਐਡੇ ਕਾਬਲ ਨਹੀਂ ਕਿ ਉਨਾ ਧੂੰਆਂ ਲੈ ਕੇ ਵੀ ਉਹ ਆਪਦੀ ਸਰੀਰਕ ਤੌਰ 'ਤੇ ਫਿੱਟ ਰਹਿਣ, ਔਰ ਇਹੀ ਕਾਰਨ ਬਣਿਆ ਕਿ ਸ਼ਾਇਦ ਜਿਹੜੀ ਡੈਥ ਦਾ ਕਾਰਨ ਬਣਿਆ। ਔਰ ਇਹ ਗੱਲ ਵਾਰ ਵਾਰ ਉਠਾਈ ਜਾ ਰਹੀ ਆ, ਜਿਹਦੇ ਬਾਰੇ ਨਾ ਤਾਂ ਪੰਜਾਬ ਸਰਕਾਰ ਕੁਛ ਕਹਿ ਰਹੀ ਹੈ ਅਤੇ ਨਾ ਹਰਿਆਣਾ ਸਰਕਾਰ ਤੋਂ, ਤਾਂ ਚਲੋ ਕੀ ਆਸ ਅਸੀਂ ਰੱਖਣੀ ਜੀ, ਨਾ ਕੇਂਦਰ ਦੀ ਸਰਕਾਰ ਇਸ ਗੱਲ ਨੂੰ ਐਡਰੈਸ ਕਰ ਰਹੀ। ਦੇਖੋ ਕਿਸਾਨ ਹਲੇ ਬਾਰਡਰ 'ਤੇ ਨੇ, ਸ਼ੰਭੂ 'ਤੇ ਨੇ, ਔਰ ਉਹ ਏਰੀਏ 'ਤੇ ਨੇ ਜੋ ਪੰਜਾਬ ਦੀ ਧਰਤੀ ਆ, ਸਰਜ਼ਮੀਨ ਪੰਜਾਬ ਦੀ ਆ, ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ। ਹੁਣ ਪੰਜਾਬ ਦੀ ਉਹ ਧਰਤੀ 'ਤੇ ਆ ਕੇ ਜੇ ਕੋਈ ਸਾਡੇ ਕਿਸਾਨਾਂ ਨੂੰ ਜਾਂ ਕਿਸੇ ਵਸਨੀਕ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਪਹੁੰਚਾਵੇ, ਤਾਂ ਫਿਰ ਉਹਦੇ 'ਤੇ ਕਾਰਵਾਈ ਬਣਦੀ। ਕਾਰਵਾਈ ਕਿਹਨੇ ਕਰਨੀ ਆ? ਮੁੱਖ ਮੰਤਰੀ ਨੇ। ਮੁੱਖ ਮੰਤਰੀ ਹੋਮ ਮਿਨਿਸਟਰ ਹੈ, ਮਗਰ ਹੋਮ ਮਿਨਿਸਟਰ ਸਾਹਿਬ ਕਿਸਾਨਾਂ ਨਾਲ ਬਹਿੰਦੇ ਜ਼ਰੂਰ ਨੇ, ਮਗਰ ਇਸ ਗੱਲ ਦਾ ਜਵਾਬ ਅੱਜ ਤੱਕ ਨਹੀਂ ਦੇ ਰਹੇ। ਅੱਜ ਮੇਰੇ ਕੋਲ, ਮੈਂ ਕੁਛ ਪੱਤਰਕਾਰਾਂ ਨੂੰ ਵੀ ਮਿਲ ਕੇ ਆਇਆ ਇੱਥੇ ਆਉਣ ਤੋਂ ਪਹਿਲਾਂ, ਮੈਨੂੰ ਇੱਕ ਵੀਡੀਓ ਮਿਲੀ ਹੈ ਜੀ, ਮੈਂ ਬੜਾ ਹੈਰਾਨ ਹੋਇਆ ਕਿ ਵੇਖੋ ਹਲੇ ਇਹ ਗੱਲ ਇੱਥੇ ਨਿਬੜਦੀ ਨਹੀਂ। ਆ 16 ਫਰਵਰੀ ਅੰਬਾਲਾ ਪੁਲਿਸ ਨੇ ਆ ਵੀਡੀਓ ਜਾਰੀ ਕੀਤੀ ਹੈ ਜੀ, ਉਹਨਾਂ ਦੀ SP, ਕਿਉਂਕਿ SSP ਉੱਥੇ ਹੁੰਦਾ ਨਹੀਂ, SP ਹੈ, ਉਹਨਾਂ ਨੇ 2 ਵੀਡੀਓ ਜਾਰੀ ਕੀਤੀ ਕਿ ਜਿਹੜੇ ਆਪਣੇ ਨੌਜਵਾਨ ਬੱਚੇ ਜਾਂ ਕਿਸਾਨ ਭਰਾ ਕਹਿ ਲਓ ਜਾਂ ਬਜ਼ੁਰਗ ਕਹਿ ਲਓ ਜਿਹੜੇ ਅੱਗੇ ਨੂੰ ਜਾਂਦੇ ਸਨ, ਉਹਨਾਂ ਦੀ ਇਹਨਾਂ ਨੇ ਫਿਲਮਿੰਗ ਕੀਤੀ ਆ, ਅਤੇ ਫਿਲਮਿੰਗ ਕਰਨ ਤੋਂ ਬਾਅਦ ਇਹ ਵੀਡੀਓ ਜਾਰੀ ਕਰ ਰਿਹਾ ਕਿ ਜੋ ਕੋਈ ਸਾਨੂੰ ਇਹਨਾਂ ਦੀ ਇਨਫੋਰਮੇਸ਼ਨ ਦਊਗਾ, ਇਹਨਾਂ ਦੀ ਪਹਿਚਾਣ ਕਰੂਗਾ, ਅਤੇ ਫਿਰ ਅਸੀਂ ਉਹਨਾਂ ਦਾ ਨਾਂ ਗੁਪਤ ਰੱਖਾਂਗੇ, ਮਗਰ ਠੋਕ ਕੇ ਕਾਰਵਾਈ ਕਰਾਂਗੇ। ਮਤਲਬ ਕਿ ਬੜੀ ਛੇਤੀ ਇਹ, ਜਿਵੇਂ ਮੁੜ ਕੇ ਇੱਥੇ ਰੇਡਾਂ ਹੁੰਦੀਆਂ ਸੀ ਨਾ ਜੀ, ਜਦੋਂ ਉੱਥੋਂ ਅੰਦੋਲਨ ਮੁੱਕਿਆ, ਉਹ ਤੋਂ ਬਾਅਦ ਕਿੰਨਾ ਚਿਰ ਇੱਥੇ ਰੇਡਾਂ ਚੱਲਦੀਆਂ ਰਹੀਆਂ, ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਫਿਰ ਉਹਨਾਂ 'ਤੇ ਕਾਰਵਾਈ ਹੋਈ। ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਦੁਆਰਾ ਇਸ ਬਾਰ ਥੋੜੀ ਅੱਛੇ ਸੇ ਪ੍ਰੋਪਰ ਤਿਆਰੀ ਕਰੀ ਗਈ ਥੀ।
लेकिन कुछ हमारे सामने ऐसे वीडियोस आए हैं जिसमें कि ये लोग पत्थर जो है तोड़ रहे हैं बैठ के, और वहां जो है बॉर्डर पे ये लोग पत्थर लेके आए हैं। इन्होंने पैरामिलिट्री फोर्सेस जो हमारी आगे लगी हुई थी और हमारे जो जवान हमारे ऑफिसर्स आगे लगे हुए थे उनके ऊपर पत्थरबाजी की है, जिसमें से कुल हमारे 25 जवान जो है घायल हुए हैं। एक डीएसपी रैंक जो हमारे अधिकारी है उनको भी पत्थर से ही चोट लगी थी, और 25 में से हमारे 7 जवान तो इसके हरियाणा पुलिस के हमारे 18 जवान हैं और 7 जवान हमारे पैरामिलिट्री फोर्सेस के हैं। तो वो वीडियो जो है हमने जनहित में पुलिस प्रशासन की मदद के लिए जारी करी है, ताकि हम पुलिस प्रशासन जो है सारा हम हरियाणा पुलिस की तरफ से हम अपील करना चाहते हैं कि भाई जो भी ये जो उत्पात मचा रहे हैं आंदोलन के नाम पे, जो अपने आप को ये बताते हैं कि हम ये आंदोलन लड़ रहे हैं, तो जो आंदोलन के नाम पे उत्पात मचा रहे हैं, जो पुलिस फोर्स पे जिन्होंने पथराव करा है, जो पत्थर तोड़ तोड़ के तैयारियां कर रहे हैं, तो ये वीडियो इसीलिए जारी करा गया है पब्लिक के लिए कि हम इनकी पहचान करना चाहते हैं। तो पब्लिक से अपील है, आप इनकी पहचान करके हमें बताइए, और जो भी जानकारी हमें देगा जानकारी उसकी गुप्त रखी जाएगी, और जो भी कड़ा से कड़ा जो हमारी तरफ से एक्शन होगा इनके खिलाफ। नहीं, वो कुछ इनकी बातचीत पार्टी कहता है कि कड़ी तो कड़ी कार्रवाई होगी। हुण मैं भगवंत मान नूं सीधा मेरा सवाल है कि भाई बॉर्डर तो टप्पे नहीं, ते पंजाब दी धरती ते आके हरियाणा पुलिस तक कार्रवाई करने लिए उन्होंने प्रेस नोट भी जारी करता, SP ने बयान भी देता, ते साडा भगवंत मान कादे लई सुत्ता पिया? ਜਿਹੜੇ ਅਥਰੂ ਗਏ ਮੈਨੂੰ ਅੱਜ, ਚਲੋ ਮੈਂ ਇਹਨਾਂ ਨੂੰ ਵੀ ਪੁੱਛਿਆ, ਕਹਿੰਦੇ ਕੋਈ ਹਿਸਾਬ ਹੀ ਨਹੀਂ। ਜੋ ਮੈਂ ਹੋਰ ਪੁੱਛ ਕੇ ਆਇਆ, ਕੋਈ ਗਿਣਤੀ ਕਹਿ ਰਿਹਾ ਜੀ 100 ਦੇ 1000 ਦੇ ਨੇੜੇ ਤੇੜੇ, ਕੋਈ 500 ਕਹਿ ਰਿਹਾ, ਕੋਈ 1000 ਕਹਿ ਰਿਹਾ। ਫਿਰ ਰਬੜ ਬੁਲੇਟ ਜਿਹੜੀਆਂ ਬੰਦ ਹੋ ਗਈਆਂ ਨੇ, ਜਿਹੜਾ ਜੰਮੂ ਕਸ਼ਮੀਰ ਇੰਨਾ ਰੌਲਾ ਪਿਆ ਸੀਗਾ ਕਿ ਇਹ ਜਿਹਦੇ ਵੱਜ ਜਾਂਦੀਆਂ ਨੇ, ਜੇ ਕਿਸੇ ਦੇ ਅੱਖ 'ਚ ਵੱਜ ਗਈ ਉਹਦੀ ਅੱਖ ਹੀ ਚਲੀ ਜਾਂਦੀ ਹੈ, ਉਹ ਦੇਖ ਨਹੀਂ ਸਕਦਾ। ਜਿਹੜੀਆਂ ਗੱਡੀਆਂ ਉੱਥੇ ਖਲੋਤੀਆਂ ਨੇ, ਉਹ ਵੀ ਮੈਂ ਵੀਡੀਓ ਬੜੀ ਛੇਤੀ ਹੁਣ ਜਾਰੀ ਕਰੂੰਗਾ, ਉਹ ਗੱਡੀਆਂ ਤਾਂ ਜੰਮੂ ਕਸ਼ਮੀਰ ਦੇ ਨੰਬਰ ਦੀਆਂ ਨੇ। ਮਤਲਬ ਜਿਹੜੀ ਜੰਮੂ ਕਸ਼ਮੀਰ ਬੈਨ ਹੋ ਗਈ ਚੀਜ਼, ਉਹ ਲਿਆ ਕੇ ਤੁਸੀਂ ਬਾਰਡਰ ਦੇ ਪਾਰ ਉੱਥੇ ਲਾਤੀ, ਅਤੇ ਸਿੱਟੀ ਪੰਜਾਬ 'ਚ ਜਾਂਦੇ ਹੋ। ਪੰਜਾਬ 'ਚ ਜੇ ਕੋਈ ਲੋਅ ਐਂਡ ਆਰਡਰ ਦੀ ਸਥਿਤੀ ਹੈ ਤਾਂ ਭਗਵੰਤ ਮਾਨ ਦੱਸੇ ਨਾ। ਭਗਵੰਤ ਮਾਨ ਤਾਂ ਕਹਿੰਦਾ ਸਭ ਠੀਕ ਆ, ਅਤੇ ਜੇ ਸਭ ਠੀਕ ਆ, ਜਿਹੜੇ ਨੁਕਸਾਨੇ ਜਾ ਰਹੇ, ਜਿਹੜੇ ਫੱਟਰ ਹੋ ਰਹੇ, ਜਿਨ੍ਹਾਂ ਦੇ 100 ਤੋਂ ਵੱਧ ਜਿਨ੍ਹਾਂ ਦਾ ਤੁਸੀਂ ਇਲਾਜ ਕਰ ਰਹੇ ਹੋ, ਉਹ ਕਿਹੜੀ ਤਾਕਤ ਨਾਲ, ਕਿਹੜੇ ਅਸਮਾਨ ਤੋਂ ਧਰਤੀ 'ਤੇ, ਕਿਹੜੀ ਅਸਮਾਨਾਂ ਤੋਂ ਧਰਤੀ 'ਤੇ ਇਹੋ ਜਿਹੀ ਤਾਕਤ ਡਿੱਗੀ ਹੈ ਜਿਹੜੇ ਉਹਨਾਂ ਨੂੰ 100 ਨੂੰ ਫੱਟਰ ਕਰ ਗਈ ਹੈ? ਅਤੇ ਜੇ 100 ਬੰਦਾ ਫੱਟਰ ਹੋਇਆ ਤਾਂ ਪਰਚਾ ਨਹੀਂ ਬਣਦਾ, ਪਿੰਡ 'ਚ ਇੱਕ ਹੋ ਜੇ ਤਾਂ ਪਰਚਾ ਹੋ ਜਾਂਦਾ। ਮਗਰ ਇਹ ਬਾਰਡਰ 'ਤੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਹੈ, ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਸ਼ਾਨ ਅਤੇ ਮੂਰਖ ਬਣਾਉਣ ਦਾ, ਕਿ ਇਹ 'ਤੇ ਕਾਰਵਾਈ ਕੋਈ ਨਹੀਂ ਹੋ ਰਹੀ। ਔਰ ਮੈਂ ਇਸੇ ਲਈ ਕਹਿੰਦਾ ਕਿ ਇਹ ਭਗਵੰਤ ਮਾਨ ਜੀ, ਕੇਜਰੀਵਾਲ ਸਾਹਿਬ, ਮੈਂ ਕੱਲ੍ਹ ਪਰਸੋਂ ਆ ਟਵੀਟ ਵੀ ਆਪਦੀਆਂ ਪਾਈਆਂ ਸਨ, ਇਹਨਾਂ ਨੇ 21 'ਚ ਆਪਣਾ ਸਰਕਾਰ ਬਣਨ ਤੋਂ ਪਹਿਲਾਂ 21 'ਚ ਕਿਹਾ ਸੀ ਕੈਪਟਨ ਅਮਰਿੰਦਰ ਨੂੰ ਕਿ ਜੇ ਸੈਂਟਰ ਸਰਕਾਰ ਨਹੀਂ ਦਿੰਦੀ MSP ਅਤੇ ਕੈਪਟਨ ਦੇਵੇ, ਨਹੀਂ ਕੈਪਟਨ ਦਿੰਦਾ ਤਾਂ ਲਾਂਬੇ ਹੋਵੇ ਤਾਂ ਅਸੀਂ ਦੇਵਾਂਗੇ। ਅਤੇ ਭਾਈ ਹੁਣ ਤਾਂ 2 ਸਾਲ ਤੁਹਾਡੀ ਸਰਕਾਰ ਆਇਆਂ ਨੂੰ ਹੋ ਗਈ, ਤੁਸੀਂ ਮੁਕਬਰੀ ਵੀ ਕਰ ਰਹੇ ਹੋ। ਇੱਥੋਂ ਜਿੰਨੇ ਬੰਦੇ ਜਾ ਰਹੇ ਆ, ਮੈਂ ਤੁਹਾਨੂੰ ਅੱਜ ਦੱਸ ਰਿਹਾ, ਉਹਨਾਂ ਦੀ ਸਾਰਿਆਂ ਦੀ ਇੰਟੈਲੀਜੈਂਸ ਰਿਪੋਰਟ ਕੋਈ ਹੋਰ ਨਹੀਂ ਭਗਵੰਤ ਮਾਨ ਦੇ ਰਿਹਾ, ਇਸ ਲਈ ਮੁਕਬਰੀ ਦਾ ਕੰਮ ਵੀ ਭਗਵੰਤ ਮਾਨ ਕਰ ਰਿਹਾ, ਟਾਊਟੀ ਵੀ ਕਰ ਰਿਹਾ ਹੁਣ।
ਜੇ ਮਸਲਾ ਹੱਲ ਨਾ ਹੋਇਆ ਤਾਂ ਫਿਰ ਮੈਂ ਤਾਂ ਟਾਊਟੀ ਕਹੂੰਗਾ ਨਾ ਜੀ ਉਹਨੂੰ। ਸਭ ਤੋਂ ਵੱਡਾ ਧਰੋਹ ਉਸ ਲਈ ਮੈਂ ਪਹਿਲੇ ਦਿਨ ਤੋਂ ਇਹ 13 ਤਰੀਕ ਤੋਂ ਮੈਨੂੰ ਲੱਗਦਾ ਜਿੱਦਣ ਪਹਿਲੇ ਦਿਨ 13 ਤਰੀਕ ਦੀ ਗੱਲ ਹੈ ਜੀ, 13 ਤਰੀਕ ਤੋਂ ਮੈਂ ਮੰਗ ਕਰ ਰਿਹਾ ਕਿ ਪੰਜਾਬ ਦੀ ਧਰਤੀ 'ਤੇ ਆ ਕੇ ਜੋ ਇਹ ਅਥਰੂ ਗੈਸ, ਜੋ ਰਬੜ ਬੁਲਟ ਦਾ ਇਸਤੇਮਾਲ ਹੋਇਆ, ਇਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ। ADGP ਸਾਹਿਬ ਦੀ ਫੋਟੋ ਜਨਤਕ ਹੋਈ ਆ, ਉੱਥੇ ਫਿਰਦੇ ਰਹੇ ਆ, SSP ਉੱਥੇ ਫਿਰਦਾ ਰਿਹਾ, ਮਗਰ ਪਤਾ ਨਹੀਂ ਕਾਹਦੇ ਇਹ ਉੱਥੇ ਮੂਰਖ ਦਰਸ਼ਕ ਬਣੇ, ਬੋਲਦੀ ਕੁਛ ਨਹੀਂ, ਦਿਸਦਾ ਕੁਛ ਨਹੀਂ, ਸੁਣਦਾ ਕੁਛ ਨਹੀਂ। ਇਸ ਤੋਂ ਮੈਨੂੰ ਸ਼ੱਕ ਹੋ ਗਿਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਇੱਕ ਫਿਕਸਡ ਮੈਚ ਖੇਡ ਰਿਹਾ, ਔਰ ਇਹ ਇਸ ਗੱਲ ਤੋਂ ਬੜਾ ਸਪਸ਼ਟ। ਇੰਟਰਨੈਟ ਦੇ ਵੀ ਇਹ ਹੈ ਜੀ, ਇੱਕ ਪਾਸੇ ਇਗਜ਼ਾਮ ਹੈ ਬੱਚਿਆਂ ਦੇ, ਅੱਜ ਕੱਲ੍ਹ ਸਾਰਾ ਕੁਛ ਹੀ ਔਨਲਾਈਨ ਹੈ, ਜਿਹਨੇ ਬੱਚੇ ਨੇ ਵੀ ਕੋਈ ਚੀਜ਼ ਵੇਖਣੀ ਹੈ, ਸਮਝਣੀ ਆਪਦੇ ਟੈਸਟ ਖਾਤਰ, ਉਹਨੇ ਔਨਲਾਈਨ ਜਾਣਾ, ਅਤੇ ਫਿਰ ਇਹ ਕਾਹਦਾ ਇਗਜ਼ਾਮ ਆ? ਤੁਸੀਂ 7 ਜ਼ਿਲ੍ਹਿਆਂ ਦਾ ਇੰਟਰਨੈਟ ਬੰਦ ਕਰਤਾ, ਬਾਕੀ ਕਾਰੋਬਾਰ ਨੁਕਸਾਨ ਹੈ, ਹਰ ਤਰੀਕੇ ਦਾ ਨੁਕਸਾਨ ਹੈ, ਉਹ ਅੱਡ ਗੱਲ ਹੈ, ਬੱਚਿਆਂ ਦੇ ਭਵਿੱਖ ਦਾ ਵੀ ਨੁਕਸਾਨ ਹੈ, ਉੱਥੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਚੁੱਪ। ਔਰ ਇੰਟਰਨੈਟ ਬੰਦ ਕਰਨਾ ਇਹ ਸਪਸ਼ਟ ਸੰਕੇਤ ਦਿੰਦਾ ਕਿ ਨਹੀਂ ਹਾਲਾਤ ਠੀਕ। ਜੇ ਹਾਲਾਤ ਨਹੀਂ ਠੀਕ ਤਾਂ ਮੁੱਖ ਮੰਤਰੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਜਿਹੜੇ ਹਾਲਾਤ ਵਿਗਾੜ ਰਹੇ? ਮਗਰ ਇਸਦੇ 'ਤੇ ਕੋਈ ਜਵਾਬ ਨਹੀਂ, ਕੋਈ ਟਿੱਪਣੀ ਨਹੀਂ। ਇਸ ਤੋਂ ਹੀ ਮੈਨੂੰ ਸ਼ੱਕ ਦੇ ਘੇਰੇ 'ਚ ਮੈਂ ਮੁੱਖ ਮੰਤਰੀ ਨੂੰ ਲਿਆਉਂਦਾ ਕਿ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸਾਫ਼ ਨਹੀਂ ਹੈ। ਜਿਹੜਾ ਕਹਿੰਦਾ ਸੀ MSP ਸੈਂਟਰ ਨਹੀਂ ਦਊਗੀ ਅਸੀਂ ਦੇਵਾਂਗੇ, ਹੁਣ ਭਾਈ ਤੇਰੀ ਅਨਮੋਲ ਗਗਨ ਮਾਨ ਬੋਲੀ ਹੈ ਕਹਿੰਦੀ 5 ਮਿੰਟਾਂ 'ਚ ਦੇਵਾਂਗੇ, ਉਹ ਮੰਤਰੀ ਆ, ਹੁਣ ਕੋਈ ਆਉਂਦਾ ਹੀ ਨਹੀਂ ਗੱਲ 'ਤੇ। ਔਰ ਜਿਹੜੀ ਕਿਸਾਨਾਂ ਔਰ ਇਹਨਾਂ ਗੱਲਾਂ 'ਤੇ ਹੀ ਇਹ ਮਤਲਬ ਵੀਡੀਓ ਤਾਂ ਹੁਣ ਬੜੀ ਵਾਇਰਲ ਹੋ ਗਈ ਆ, ਬਾਰ ਬਾਰ ਮੈਂ ਵੀ ਪੋਸਟ ਕੀਤੀ ਹੈ ਵਿਦ ਪਾਰਲੀਮੈਂਟ 'ਚ ਐਜ਼ MP ਭਗਵੰਤ ਮਾਨ ਜੀ ਬੋਲਿਆ ਕਿ ਇਹਨੂੰ ਲੀਗਲ ਗਰੰਟੀ ਬਣਾਓ। ਅਤੇ ਭਾਈ ਹੁਣ ਤੂੰ ਕਿਉਂ ਕਿਸਾਨਾਂ ਨੂੰ ਨਾ ਸਮਝਾ, ਸੈਂਟਰ ਨੂੰ ਸਮਝਾ ਜਾਂ ਆਪ ਸਮਝ। ਔਰ ਜੋ ਪੰਜਾਬ ਦੀ ਧਰਤੀ 'ਤੇ ਆ ਕੇ ਕਿਸੇ ਪੰਜਾਬੀ ਦਾ, ਕਿਸੇ ਵਸਨੀਕ ਦਾ, ਦੇਸ਼ ਦੇ ਕਿਸੇ ਨਾਗਰਿਕ ਦਾ ਨੁਕਸਾਨ ਹੋਇਆ, ਉਹ 'ਤੇ ਬਣਦੀ ਕਾਰਵਾਈ ਕਰੋ। ਲੋ ਤਾਂ ਇੱਕੋ ਹੀ ਹੈ ਨਾ ਜੀ, ਜੇ ਪਿੰਡ 'ਚ ਕਿਸੇ 'ਤੇ ਸੱਟ ਪੇਟ ਲੱਗ ਜਾਏ ਉਹ 'ਤੇ ਕਾਨੂੰਨ ਹੈ, ਤੁਸੀਂ ਪੰਜਾਬ ਪੁਲਿਸ ਲਾਗੂ ਕਰੂਗੀ। ਅਤੇ ਜਿਹੜਾ ਸ਼ੰਭੂ ਬਾਰਡਰ ਤੋਂ ਉਰਾਂ ਉਰਾਂ ਕੰਮ ਹੋ ਰਿਹਾ ਉਹ 'ਤੇ ਵੀ ਲਾਗੂ ਕਰੋ, ਦਿਓ ਪਰਚੇ, ਮਗਰ ਨਹੀਂ ਦਿੰਦੇ। ਦੇਖੋ ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਇਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਇਆ, ਔਰ ਕਿਸਾਨੀ ਮੁੱਦੇ 'ਤੇ ਅਸੀਂ ਬੜੇ ਸਪਸ਼ਟ ਰੂਪ 'ਤੇ ਆਪਦਾ ਸਟੈਂਡ ਕਲੀਅਰ ਕੀਤਾ ਕਿ ਅਸੀਂ ਕਿਸਾਨ ਨਾਲ ਖਲੋਤੇ ਹਾਂ ਔਰ ਅਸੀਂ ਚਾਹੁੰਦੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਮਗਰ ਜਿਹੜੀ ਟਾਊਟੀ ਹੋ ਰਹੀ ਹੈ, ਜਿਹੜੀ ਫਿਕਸਡ ਮੈਚ ਖੇਡਿਆ ਜਾ ਰਿਹਾ, ਔਰ ਨੁਕਸਾਨ ਕੇਵਲ ਅਤੇ ਕੇਵਲ ਖੇਤ ਮਜ਼ਦੂਰ ਦਾ ਅਤੇ ਕਿਸਾਨ ਦਾ ਅਖੀਰ 'ਚ ਹੋਣਾ, ਉਸ ਗੱਲ 'ਤੇ ਮੈਂ ਸਮਝਦਾ ਕਿ ਪਬਲਿਕ ਡੋਮੇਨ 'ਚ ਵੀ ਆਉਣੀ ਚਾਹੀਦੀ ਅਤੇ ਮੈਂ ਉਹਦੇ ਖਿਲਾਫ਼, ਕਿਉਂਕਿ ਭਗਵੰਤ ਮਾਨ ਦੀ ਮਨਸ਼ਾ ਸਾਫ਼ ਨਹੀਂ। ਸਾਫ਼ ਮਨਸ਼ਾ ਹੁੰਦੀ ਤਾਂ ਆਪਦੇ ਕਿਸਾਨ ਭਰਾਵਾਂ ਨਾਲ, ਖੇਤ ਮਜ਼ਦੂਰ ਭਰਾਵਾਂ ਨਾਲ ਖਲੋਵੇ ਅਤੇ ਪਰਚਾ ਦੇਵੇ ਜਿਹੜਾ ਉੱਥੋਂ ਚਲਾ ਰਹੇ ਇਹ ਸਾਰਾ ਕੁਛ। ਜੇ ਇਹਨਾਂ ਨੂੰ ਡਰੋਨ ਸਿੱਟਣ ਲਈ ਉੱਦਣ ਪਤੰਗਾਂ ਦਾ ਸਹਾਰਾ ਲੈਣਾ ਪਿਆ ਤਾਂ ਇਹ ਕੀ ਕਰਦਾ ਸੀ? ਇਹ ਕਿਉਂ ਉੱਥੇ ਚੁੱਪ ਕਰਕੇ ਬੈਠੇ? ਚੁੱਪ ਕਰਕੇ ਬਹਿਣਾ ਮਤਲਬ ਮਿਲੀ ਭੁਗਤ, ਸਹਿਮਤੀ, ਜਾਂ ਕਵੇ ਕਿ ਮੈਂ ਪੰਜਾਬ ਦਾ ਇੰਨਾ ਟੋਟਾ ਸ਼ੰਭੂ ਤੋਂ ਅੱਗੇ ਅੱਗੇ ਹਿੱਸਾ ਸਾਰਾ ਦੇ ਤਾ ਵੀ ਹਰਿਆਣੇ ਨੂੰ ਦੇ ਤਾ, ਕੁਛ ਤਾਂ ਦੱਸੇ।
ਕਿ ਲਾ ਐਂਡ ਆਰਡਰ ਦਾ ਇਹ ਮੁੱਖ ਮੰਤਰੀ, ਇਹ ਹੋਮ ਮਿਨਿਸਟਰ, ਜਾਂ ਤਾਂ ਇਹਨੇ ਉਹ ਜਗ੍ਹਾ ਦੇ ਦਿੱਤੀ ਹੈ ਹਰਿਆਣੇ ਨੂੰ, ਅਤੇ ਜੇ ਨਹੀਂ ਦਿੱਤੀ ਤਾਂ ਕਾਰਵਾਈ ਕਰੇ। ਮੇਰੀ ਤਾਂ ਇਹ ਮੰਗ ਹੈ ਜੀ। ਔਰ ਇਹਨਾਂ ਪਰਿਵਾਰਾਂ ਨੂੰ ਵੀ ਦੇਖੋ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ, ਜੈ ਜਵਾਨ ਅਤੇ ਜੈ ਕਿਸਾਨ ਇਹ ਨਾਰਾ ਸਾਰੇ ਲੀਡਰ ਵੀ ਲਾਉਂਦੇ ਰਹੇ, ਅਤੇ ਬਈ ਹੁਣ ਦਿਓ ਪੈਰਾ। ਫਿਕਸਡ ਮੈਚ ਖੇਡਣ ਲਈ ਤਾਂ ਮਿੰਟ ਲਾ ਰਹੇ, ਪਹਿਲਾਂ ਮੁਆਵਜ਼ਾ ਅਨਾਊਂਸ ਕਰੋ ਇਹਨਾਂ ਪਰਿਵਾਰਾਂ ਨੇ, ਕਿਉਂਕਿ ਇਹ ਤਾਂ ਸਤਿਕਾਰ ਹੀ ਆ, ਬੰਦਾ ਤਾਂ ਮੁੜ ਨਹੀਂ ਆਉਣਾ। ਬਣਦਾ ਸਤਿਕਾਰ ਦੇਵੋ, ਜੋ ਜੈ ਜਵਾਨ ਜੈ ਕਿਸਾਨ ਦਾ, ਫਿਰ ਦਿਓ ਕਰੋੜ ਕਰੋੜ ਰੁਪਈਆ। ਮੇਰੀ ਤਾਂ ਸਿੱਧੀ ਗੱਲ ਹੈ। ਸਰ, ਦੋਹਰਾ ਮਾਪਦੰਡ ਨਹੀਂ, ਇੱਕ ਪਾਸੇ ਗੋਲੇ ਚਲਾਈ ਜਾ ਰਹੇ ਨੇ, ਦੂਜੇ ਪਾਸੇ ਮੀਟਿੰਗਾਂ ਲਈ ਬੁਲਾਈ ਜਾ ਰਹੇ ਨੇ, ਕਿ ਇਹ ਟਾਈਮ ਟਪਾਉਣ ਵਾਲੀ ਜਾਂ ਕੀ ਪਾਲਿਸੀ ਚੱਲ ਰਹੀ ਹੈ? ਸਰ, ਇਹ ਜਿਹੜੀ ਵੀਡੀਓ ਹੈ ਨਾ, ਭਗਵੰਤ ਮਾਨ ਇਹਦਾ ਵੀ ਜਵਾਬ ਦੇਵੇ। ਹਰਿਆਣਾ ਪੁਲਿਸ ਨੇ ਬੜਾ ਖਤਰਨਾਕ ਆਰੋਪ ਲਾਤਾ ਤੁਹਾਡੇ 'ਤੇ। ਉਹ ਇਹ ਗੱਲ ਕਹਿ ਰਹੇ ਆ ਕਿ ਇੱਥੋਂ ਅਟੈਕ ਹੋ ਰਿਹਾ, ਇਹਨਾਂ ਕੋਲ ਤਾਂ ਵਿਚਾਰਿਆਂ ਕੋਲ ਇਹੀ ਕੁਛ ਨਹੀਂ। ਔਰ ਦੇਖੋ, ਜੇ ਇਸ ਮੁਲਕ 'ਚ ਤੁਹਾਡਾ ਇੱਕ ਵਸਨੀਕ, ਉਹ ਆਪਦੀ ਰਾਜਧਾਨੀ 'ਤੇ ਨਹੀਂ ਜਾ ਸਕਦਾ ਡੈਮੋਕ੍ਰੈਟਿਕਲੀ, ਲੋਕਤੰਤਰ 'ਚ ਸ਼ਾਂਤਮਈ ਧਰਨਾ ਦੇਣ ਵਾਸਤੇ, ਜੇ ਇਸ ਕਿਸਾਨ ਨੇ ਬਾਰਡਰ ਵੀ ਸੁਰੱਖਿਅਤ ਰੱਖੇ, ਅਤੇ ਜੇ ਇਸ ਕਿਸਾਨ ਨੇ ਅਤੇ ਖੇਤ ਮਜ਼ਦੂਰ ਨੇ ਦੇਸ਼ ਨੂੰ ਅੰਨ ਵੀ ਦਿੱਤਾ, ਜੇ ਉਹ ਆਪਦੇ ਰਾਜਧਾਨੀ ਨਹੀਂ ਜਾ ਸਕਦਾ, ਫਿਰ ਮੈਂ ਸਮਝਦਾ ਭਗਵੰਤ ਮਾਨ ਇਸ ਮੁੱਦੇ 'ਤੇ ਕਿਸਾਨਾਂ ਦਾ ਅਤੇ ਖੇਤ ਮਜ਼ਦੂਰਾਂ ਦਾ ਸਾਥ ਨਾ ਦੇਵੇ, ਅਤੇ ਜਿਹੜੇ ਰੋਕਦੇ ਉਹਨਾਂ ਦਾ ਦੇਵੇ। ਸਪਸ਼ਟ ਹੀ ਆ ਭਾਈ, ਆਮ ਆਦਮੀ ਪਾਰਟੀ ਇਸ ਮਸਲੇ 'ਚ ਕਿੱਥੇ ਖਲੋਤੀ।